ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕਿੰਨੀ ਥਾਵਾਂ ਦੇ ਉੱਪਰ ਜਿਹੜੇ ਨਾਕੇ ਲਗਾ ਕੇ ਜਿਹੜੇ ਚਲਾਨ ਕੱਟੇ ਜਾ ਰਹੇ ਨੇ? ਲਗਭਗ 5-6 ਜਗ੍ਹਾ ਨੇ ਜਿਹੜੀਆਂ ਮੇਨ, ਜਿੱਥੇ ਪਬਲਿਕ ਪਲੇਸ ਦਾ ਜ਼ਿਆਦਾ ਆਉਣ ਜਾਣਾ, ਉੱਥੇ ਚੈਕਿੰਗ ਕਰ ਰਹੇ ਹਾਂ। ਇਹ ਬਦਲਦੇ ਰਹਿੰਦੇ ਹੈਗੇ ਆ ਨਾਕੇ? ਬਿਲਕੁਲ ਜੀ, ਬਿਲਕੁਲ, ਰੋਟੇਸ਼ਨ ਵਾਈਜ਼ ਸ਼ਹਿਰ ਦੇ ਵੱਖ ਵੱਖ ਥਾਵਾਂ 'ਤੇ, ਭੀੜ ਵਾਲੀਆਂ ਥਾਵਾਂ 'ਤੇ, ਭੀੜ ਵਾਲੀਆਂ ਥਾਵਾਂ 'ਤੇ ਈਵਨ ਇੱਥੋਂ ਤੱਕ ਅਸੀਂ ਪੱਕੇ ਬੰਦੇ ਫਿਕਸ ਕੀਤੇ ਹੋਏ ਆ, ਜਿੱਥੇ ਸਾਨੂੰ ਖਦਸ਼ਾ ਵੀ ਟ੍ਰੈਫਿਕ ਦਾ ਜਾਮ ਪ੍ਰੋਬਲਮ ਆਉਂਦੀ ਹੈ। ਇਸ ਗੱਲ ਕਰਕੇ ਟ੍ਰੈਫਿਕ ਪੁਲਿਸ ਪੂਰੀ ਤਤਪਰ ਆ, ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਜਿਹੜੀ ਟ੍ਰੈਫਿਕ ਸੰਬੰਧੀ ਪ੍ਰੋਬਲਮ ਨਹੀਂ ਆਉਂਦੀ ਹੈ। ਮੂੰਹ ਢੱਕਣ ਦੀ ਗੱਲ ਕੀਤੀ ਜਾਂਦੀ ਹੈਗੀ ਹੈ ਕਿ ਕਈ ਵਾਰ ਕੋਈ ਚੋਰੀ ਕਰ ਜਾਂਦਾ ਹੈਗਾ, ਮਾੜੇ ਅਨਸਰ, ਉਹਨਾਂ ਵਾਸਤੇ ਕੀ ਹੈ? ਬਿਲਕੁਲ, ਸਾਨੂੰ ਦਿੱਕਤ ਆਉਂਦੀ ਹੈ ਕਈ ਵਾਰ, ਕੀ ਹੁੰਦਾ ਕੋਈ ਘਟਨਾ ਕੋ ਵਾਪਰਦੀ ਹੈ ਤੇ ਬੰਦੇ ਦਾ ਮੂੰਹ ਬੱਧਾ ਹੁੰਦਾ, ਸਿਕਿਉਰਿਟੀ ਪਰਪਸ ਤੇ ਬੜੀ ਪ੍ਰੋਬਲਮ ਆਉਂਦੀ ਹੈ। ਜੇ ਕੋਈ ਉਹੀ ਮੂੰਹ ਖੁੱਲਿਆ ਹੋਵੇ ਤੇ ਉਹ CCTV ਦੇ ਵਿੱਚ ਵੀ ਆ ਜਾਂਦਾ ਤੇ ਆਪਾਂ ਨੂੰ ਕੇਸ ਆਈਡੈਂਟੀਫਾਈ ਕਰਨ ਦੇ ਵਿੱਚ ਬੜੀ ਮਦਦ ਮਿਲਦੀ ਕੈਮਰਿਆਂ ਦੀ ਮਦਦ। ਤਾਂ ਮੂੰਹ ਢੱਕੇ ਨਹੀਂ ਜਾਣਾ ਚਾਹੀਦਾ? ਨਹੀਂ ਜਾਣਾ ਚਾਹੀਦਾ। ਤਾਂ ਜਿਹੜੇ ਚਲਾਨ ਕੱਟੇ ਜਾ ਰਹੇ ਉਹ ਕਿੰਨਾ ਦੇ ਕੱਟੇ ਜਾ ਰਹੇ ਹੈਗੇ ਨੇ ਜਿਹੜੇ ਸੜਕ ਤੇ ਚੱਲ ਰਹੇ ਆ? ਦੇਖੋ, ਜਿਹੜਾ ਵੀ ਨਿਯਮ ਤੋੜਦਾ, ਭਾਵੇਂ ਉਹ ਵਿਦਾਊਟ ਡਾਕੂਮੈਂਟ ਹੈ, ਟ੍ਰਿਪ ਰਾਈਡਿੰਗ ਹੈ, ਵਿਦਾਊਟ ਨੰਬਰ ਪਲੇਟ ਹੈ, ਜਿਹੜਾ ਵੀ ਕੋਈ ਵਹੀਕਲ ਦੀ ਵਾਇਲੇਸ਼ਨ ਕਰਦਾ, ਉਹਨਾਂ ਦੇ ਅਲੱਗ ਅਲੱਗ ਕਿਸਮਾਂ ਦੇ ਜਿਹੜੇ ਚਲਾਨ ਦਿੱਤੇ ਜਾਂਦੇ ਆ, ਜਿਹੜੇ ਕਿ ਅੱਗੇ ਤੋਂ ਨਾ ਪ੍ਰੋਬਲਮ ਆਵੇ।